तीन महीनों तो टैंकी बैठे है गया। पंजाबी मात भाषा पंजाबी की एक भी पोस्ट आ जी सरकार ने नहीं कढ़ी गई। मेरे जेडे 117 नंबर होने के बावजूद भी मास्टर केडर के 117 नंबर होने के बावजूद भी सर मैं इतने धक्के खा रहा है। 10-15 दिन हो गए सर मैं इतने धक्के खाते साढ़े नाल एडी एडा बुरा बिहेव हो रहा है। हर तीजे दिन असि छित्र खाने लिए मजबूर हाँ। अज भी असं सिर्फ सवाल कर आए हैं सर पर साढ़े नाल बिल्कुल धक्का हो रहा है। पंजाबी समाज सिक्ख्या नहीं सर कोई गल नहीं होगी। इतने सारे का सारा जिन्ना भी बुद्धिजीवी तबका है सारे के उत्ते सवाल है मेरा। सारे के सारे है जेड़े वह झूठ वरताउण के उत्ते लगे हुए हैं। सारे ये कह रहे हैं कि असं पंजाबी भाषा का प्रसार कर रहे हैं। पंजाबी भाषा का प्रसार उन्ना चिर हो ही नहीं सकता गा जिन्ना चिर किसी भी लैंगुएज में जोड़ा तुम रुजगार की भाषा नहीं बनाते गे। असी पंजाबी MA करके MPhil करके PhD मैं UGC नैट क्लीयर होने के बावजूद भी है जोड़ा इतने छित्र खाने के लिए मजबूर हाँ। जेकर पंजाबी पढ़ के असं छित्र खाने के लिए मजबूर हाँ तो यहोजे ड्रामे क्यों इतने किए जा रहे हैं। ये सब तो व्डा सवाल है इतों के हर एक बुद्धिजीवी तबके जो भी इतने अपने आप को लेखक कहा है लेखक वह होंगे जोड़े लोगों की आवाज़ है जी वह समाज के लैके जाते हैं। पर इन्होंने की है साड़ी आवाज़ बंद करना चाहते हैं सानू अंदरों धक्के मार के दवा लता जी। ਹਿੰਦੀ ਪੰਜਾਬੀ SSD ਦੀਆਂ ਪੋਸਟਾਂ ਇਹਦੇ ਵਿੱਚ ਕਿੰਨੀਆਂ ਨੇ ਜੋ ਸਾਡੀਆਂ ਮੀਟਿੰਗਾਂ ਹੋਈਆਂ ਸਰ ਲਾਸਟ ਮੀਟਿੰਗਾਂ ਸਾਡੀਆਂ 5 ਵਾਰੀ ਪ੍ਰਗਟ ਸਰ ਦੇ ਨਾਲ ਹੋ ਚੁੱਕੀਆਂ ਨੇ ਕਿ ਸਾਨੂੰ ਦੱਸ ਦਿੱਤਾ ਜਾਵੇ ਕਿ ਸਾਡੀ ਪੋਸਟਾਂ ਦੀ ਗਿਣਤੀ ਕਿੰਨੀ ਹੈ। ਗਿਣਤੀ ਦੀ ਵਸੇ ਸਾਡੀ ਡਿਮਾਂਡ ਸੀਗੀ ਮੇਨ ਪਰ ਇਹਨਾਂ ਨੇ ਗਿਣਤੀ ਅੱਜ ਵੀ ਨਹੀਂ ਦੱਸੀ। ਅੱਜ ਵੀ ਇਹਨਾਂ ਵੱਲੋਂ ਇਹੀ ਕਿਹਾ ਗਿਆ ਕਿ ਸਕੂਲਾਂ ਵਿੱਚ ਜਿੰਨੀ ਡਿਮਾਂਡ ਹੋਏਗੀ ਉਨੇ ਟੀਚਰ ਭਰਤੀ ਕੀਤੇ ਜਾਣਗੇ। ਸਰ ਸਾਡਾ ਸਵਾਲ ਇੱਕ ਇਹ ਆ ਕਿ 10-10 ਸਾਲ ਹੋ ਗਏ ਟੀਚਰਾਂ ਦੀ BEd ਕੀਤੀ ਨੂੰ ਔਰ ਟੈਟ ਕਲੀਅਰ ਕੀਤੇ ਨੂੰ ਔਰ ਕਈ ਤਾਂ ਓਵਰੇਜ ਵੀ ਹੋਣ ਵਾਲੇ ਆ। ਕੀ ਸਿਰਫ ਸਾਡੀਆਂ ਪੋਸਟਾਂ ਹੀ ਸਕੂਲਾਂ ਦੇ ਵਿੱਚ ਨਹੀਂ ਹੈਗਾ ਬਾਕੀ ਸਾਰੇ ਸਬਜੈਕਟਾਂ ਦੀਆਂ ਪੋਸਟਾਂ ਇਨਫ ਨੇ ਬਟ ਸਾਡੇ ਵਾਰੀ ਕਿਉਂ ਪੋਸਟਾਂ ਖਤਮ ਹੋ ਜਾਂਦੀਆਂ ਨੇ? ਇਸ ਗੱਲ ਦਾ ਅਸੀਂ ਪ੍ਰਗਟ ਸਿੰਘ ਜੀ ਤੋਂ ਸਵਾਲ ਤੋਂ ਜਵਾਬ ਪੁੱਛਣਾ ਚਾਹੁੰਦੇ ਆ ਪਰ ਉਹਨਾਂ ਦਾ ਇੱਕ ਹੀ ਸਵਾਲ ਦਾ ਇਹ ਸਾਡੇ ਸਵਾਲ ਦਾ ਸਿਰਫ ਉਹਨਾਂ ਦਾ ਇੱਕ ਹੀ ਜਵਾਬ ਹੁੰਦਾ। ਉਹ ਕਹਿੰਦੇ ਜਿੰਨੀਆਂ ਪੋਸਟਾਂ ਸਕੂਲਾਂ ਵਿੱਚ ਖਾਲੀ ਨੇ ਉਹ ਹੀ ਭਰ ਦਿੱਤੀਆਂ ਜਾਣਗੀਆਂ। ਫਿਰ ਇਹਨਾਂ ਨੂੰ ਗਿਣਤੀ ਦੱਸਣ ਵਿੱਚ ਕੀ ਪ੍ਰੋਬਲਮ ਆ ਰਹੀ ਹੈ? ਕੀ ਉਹਨਾਂ ਨੂੰ ਸਾਡੇ ਟੈਂਕੀ ਦੇ ਬੈਠੇ ਮਨੀਸ਼ ਸਾਥੀ ਦਾ ਖਿਆਲ ਨਹੀਂ? ਕੀ ਮਤਲਬ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਇੱਕ ਤਰਫ ਤਾਂ ਸਾਨੂੰ ਉਹ ਕਹਿ ਰਹੇ ਨੇ ਕਿ ਸਾਡੇ ਬੱਚੇ ਨੇ, ਜੇ ਬੱਚੇ ਨੇ ਤੇ ਬੱਚਿਆਂ ਨੂੰ ਇਦਾਂ ਥੋੜੀ ਨਾ ਰੋਲੀ ਦਾ ਹੁੰਦਾ। ਅਸੀਂ ਪੜ੍ਹ ਲਿਖ ਕੇ ਵੀ ਅੱਜ ਬੇਰੁਜ਼ਗਾਰ ਬੈਠੇ ਹਾਂਗੇ, ਸ਼ਾਮ ਨੂੰ ਸੜਕਾਂ ਤੇ ਰੋਲਦੇ ਹਾਂਗੇ। ਖਾਣ ਪੀਣ ਦਾ ਸਾਡੇ ਕੋਈ ਨਹੀਂ ਹੁੰਦਾ ਗਾ ਕਿ ਹਾਂ ਅਸੀਂ ਕੁਛ ਖਾਣਾ ਕਿ ਨਹੀਂ ਪੀਣਾ ਹੈਗਾ ਕਿ ਨਹੀਂ ਕੁਛ। ਲੇਕਿਨ ਫਿਰ ਵੀ ਇਹਨਾਂ ਸਰਕਾਰ ਤੇ ਪਤਾ ਨਹੀਂ ਕਿਉਂ ਸਾਡੇ ਵਿੱਚ ਕਮੀ ਹੈ ਕਿ ਸਰਕਾਰ ਦੀ ਕਮੀ। ਇਸ ਗੱਲ ਦੇ ਵਿੱਚ ਅਸੀਂ ਸਵਾਲਾਂ ਵਿੱਚ ਖੁਦ ਫਸੇ ਹੋਏ ਹਾਂ। ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕੀ ਕਰੀਏ ਕੀ ਨਹੀਂ ਕਰੀਏ ਕਿਉਂਕਿ ਹਾਲੇ ਤੱਕ ਸਾਨੂੰ ਸਵਾਲਾਂ ਦੇ ਸਾਡੇ ਦੇ ਜਵਾਬ ਨਹੀਂ ਮਿਲ ਰਹੇ। ਅਸੀਂ ਪ੍ਰਗਟ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਪਲੀਜ਼ ਸਾਡੇ ਉੱਪਰ ਗੌਰ ਕਰੋ। ਬਹੁਤ ਹੋ ਚੁੱਕਿਆ ਸਾਡੇ ਨਾਲ ਧੱਕੇਸ਼ਾਹੀ, ਬਹੁਤ ਹੋ ਚੁੱਕੀ ਹੈ। ਇੰਨਾ ਟਾਈਮ ਹੋ ਗਿਆ ਅਸੀਂ ਸਹਿਣ ਕਰ ਚੁੱਕੇ ਹੈਗੇ। ਅਸੀਂ ਡਾਂਗਾ ਵੀ ਖਾ ਕੇ ਦੇਖ ਲਈਆਂ, ਸਭ ਕੁਛ ਕਰਕੇ ਦੇਖ ਲਿਆ, ਅਸੀਂ ਸਵਾਲ ਵੀ ਕਰਕੇ ਦੇਖ ਲਿਆ ਪਰ ਕਿਉਂ ਸਾਡੇ ਸਵਾਲਾਂ ਦੇ ਸਾਨੂੰ ਹਾਲੇ ਤੱਕ ਜਵਾਬ ਨਹੀਂ ਮਿਲ ਰਹੇ? ਕਿਉਂ ਸਾਡੇ ਨੋਟੀਫਿਕੇਸ਼ਨ ਦੀ ਜਿਹੜੀ ਡਿਵਾਈਡੇਸ਼ਨ ਉਹ ਨਹੀਂ ਕੀਤੀ ਜਾ ਰਹੀ? ਕਿਉਂ ਸਾਡੀਆਂ ਪੋਸਟਾਂ ਦੀ ਗਿਣਤੀ ਕਿਉਂ ਬਰਾਬਰ ਨਹੀਂ ਦੱਸੀ ਜਾ ਰਹੀ? ਹਾਂ, ਜੇ ਉਹਨਾਂ ਨੂੰ ਲੱਗਦਾ ਕਿ ਸਾਡੀ ਗਲਤੀ ਹੈਗੀ ਆ ਤਾਂ ਪਿਛਲਾ ਨੋਟੀਫਿਕੇਸ਼ਨ ਉਹ ਚੈੱਕ ਕਰਕੇ ਦੇਖ ਸਕਦੇ ਨੇ ਕਿ ਅਸੀਂ ਇੱਕ ਪੋਸਟ ਲਵਾਂਗੇ ਕਿ ਅਸੀਂ 2 ਪੋਸਟਾਂ ਲਵਾਂਗੇ। ਪਿਛਲੀ ਵਾਰ ਪੋਸਟ ਆਈਆਂ ਸੀਗੀਆਂ ਕਿਸੇ ਸਬਜੈਕਟ SS ਦੀਆਂ ਪੋਸਟ ਆਈਆਂ ਸੀ 64। ਆਪ ਤੁਸੀਂ ਜੋ ਡਿਵਾਈਡੇਸ਼ਨ ਹੋਈ ਸੀ ਡਿਵਾਈਡੇਸ਼ਨ ਦੇ ਅਕੋਰਡਿੰਗ ਕਿਸੇ ਦੀ ਸਬਜੈਕਟ ਦੇ ਵਿੱਚ ਕਿਸੇ ਦੀ ਕਿਸੇ ਕੈਟੇਗਰੀ ਦੇ ਵਿੱਚ ਕਿਸੇ ਦੀਆਂ 3 ਪੋਸਟਾਂ ਸੀ, ਕਿਸੇ ਦੀਆਂ 4 ਪੋਸਟਾਂ ਸੀ, ਕਿਸੇ ਦੀਆਂ 2 ਸੀਗੀਆਂ ਤੇ ਹਿੰਦੀ ਦੀਆਂ ਜਿੱਦਾਂ ਆਪਾਂ ਲਗਾ ਲਈਏ ਹਿੰਦੀ ਦੀਆਂ ਪੋਸਟਾਂ 2-3-2-3 ਇਹ ਹਾਲ ਸੀਗਾ ਔਰ SSD ਦੀਆਂ ਪੋਸਟਾਂ ਦੇਖ ਲਈਏ 8-10-9-7 ਕੀ ਇਹ ਸਭ ਹੋਊਗਾ? ਜੋ ਸਕੂਲਾਂ ਦੀ ਡਿਮਾਂਡ ਹੈ ਜੋ ਸਾਡੇ ਸਿਸਟਮ ਦੇ ਵਿੱਚ ਅਵੇਲੇਬਲ ਹੈ ਕਿਉਂਕਿ ਅਲਟੀਮੇਟਲੀ ਤਾਂ ਜੋ ਸਕੂਲਾਂ ਦੀ ਡਿਮਾਂਡ ਹੈ ਉਹਦੇ ਮੁਤਾਬਕ ਹੀ ਕੀਤਾ ਜਾ ਸਕਦਾ। ਤੁਸੀਂ ਜੇ ਕਹੋ, ਸੁਣੋ ਮੇਰੀ ਗੱਲ, ਮੈਂ ਜਿਹੜੀ ਗੱਲ ਕਰਦਾ, ਜਿਹੜੀ ਜਿੰਨੇ ਵੀ ਸਾਨੂੰ ਟੀਚਰ ਜਿਹੜੇ ਸਬਜੈਕਟ ਦੇ ਚਾਹੀਦੇ ਉਨੇ ਹੀ ਚਾਹੀਦੇ ਆ। ਜੋ ਪਿਛਲੀ ਸਮੇਂ ਦੇ ਵਿੱਚ ਕਿਹਾ ਗਿਆ ਸੀ ਵੀ ਹਾਂ ਵੀ ਇਹ ਚੇਂਜ ਹੋਈਆਂ, ਮੈਂ ਉਹਨਾਂ ਨੂੰ ਕਿਹਾ ਜੋ ਓਰਿਜਨਲ ਸੀ ਉਸ ਓਰਿਜਨੈਲਿਟੀ ਦੇ ਵਿੱਚ ਜੋ ਜੋ ਸਾਨੂੰ ਚਾਹੀਦਾ ਹੈਗਾ ਉਹ ਹੀ ਪ੍ਰੋਵਾਈਡ ਕੀਤਾ ਜਾ ਸਕਦਾ। ਮੈਂ ਤੁਹਾਨੂੰ ਇੱਕ ਹੋਰ ਗੱਲ ਕਹੀ ਸੀ ਕਿ ਸਾਰੇ ਜਣੇ ਇਕੱਠੇ ਹੋ ਕੇ ਜਿਹੜਾ 19,000 ਟੀਚਰ ਦੀ ਭਰਤੀ ਕੋਟਾਂ ਦੇ ਵਿੱਚ ਵੀ ਰੁਕੀ ਹੋਈ ਆ ਉਹ ਵੀ ਇਕੱਠੇ ਹੋ ਕੇ ਕਰਵਾ ਲਓ। ਉਹ ਅੱਜ ਅਸੀਂ ਅੱਜ ਦੇ ਰੂਲਾਂ ਦੇ ਮੁਤਾਬਕ ਹੀ ਕਰ ਸਕਾਂਗੇ।
ਜੇ ਇਹਦੇ ਵਿੱਚੋਂ ਵੀ ਕੋਈ ਡਿਵਰਸ਼ਨ ਕਰਾਂਗੇ ਤਾਂ ਫਿਰ ਸਾਡਾ ਹੋਰ ਨੁਕਸਾਨ ਹੋਊਗਾ। ਇਹ 21 ਨਹੀਂ ਆਇਆ, 31 ਵੀ ਆ ਜਾਊਗਾ, 41 ਵੀ ਆ ਜਾਊਗਾ, ਆਪਾਂ ਸਾਰੇ ਕਿਤੇ ਨਾ ਕਿਤੇ ਲੜਾਈ 'ਚ